ਪ੍ਰਾਈਮਰੀ ਸ਼ਾ ਟੀਵੀ ਦੇਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਰਨ ਸਿੰਘ ਟਹਿਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਖਬਰਾਂ ਬਹੁਤ ਸਾਰੀਆਂ ਨੇ ਪਰ ਸਭ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਰਮਾ ਮੀਂਹ ਪਿਆ ਕਈ ਥਾਵਾਂ ਦੇ ਉੱਤੇ ਪੈਣ ਦੀ ਭਵਿੱਖਬਾਣੀ 72 ਘੰਟਿਆਂ ਦੇ ਵਿੱਚ ਵਿੱਚ ਕੀਤੀ ਗਈ ਹੈ ਕਈ ਥਾਵਾਂ ਦੇ ਉੱਤੇ ਬੰਨਾ ਦੀ ਸਥਿਤੀ ਨਾਜ਼ੁਕ ਹੋਈ ਪਈ ਹੈ ਕਈ ਥਾਵਾਂ ਦੇ ਉੱਤੇ ਪ੍ਰਸ਼ਾਸਨ ਨੇ ਇਹ ਗੱਲ ਕਹਿੰਦਾ ਕਿ ਅਸੀਂ ਡਾਊਨ ਪ੍ਰਬੰਧ ਕੀਤੇ ਹੋਏ ਆ ਕਈ ਥਾਵਾਂ ਦੇ ਉੱਤੇ ਚਿਕੜ ਚੁੱਲਾ ਤੇ ਗਰਮੀ ਤੋਂ ਥੋੜੀ ਜੀ ਰਾਹਤ ਮਿਲੀ ਆ ਪਰ ਬੇਹਣੀ ਅਭੀ ਆਉਂਦੇ 72 ਘੰਟੇ ਦੇ ਵਿੱਚ ਕਿੰਨਾ ਕ ਮੀਂਹ ਪੈਂਦਾ ਵਕਤ ਬਿਆਨ ਕਰੂਗਾ ਪਰ ਜਿਹੜੇ ਬੜੇ ਅਸੀਂ ਇੰਨਾਂ ਖਬਰਾਂ ਦੀ ਇਸ ਪ੍ਰੋਗਰਾਮ ਦੀ ਸਾਂਝ ਪਾ ਰਹੇ ਆ ਤਾਂ ਬਰਮਿੰਗਮ ਸ਼ਹਿਰ ਦੇ ਵਿੱਚ ਅਸੀਂ ਇੰਗਲੈਂਡ ਦੇ ਵਿੱਚ ਤੇ ਇੱਥੇ ਇਸ ਵੇਲੇ 8:00 ਦੇ ਵੇਲੇ ਜਦੋਂ ਅਸੀਂ ਪ੍ਰੋਗਰਾਮ ਨੂੰ ਰਿਪੋਰਟ ਕਰ ਰਹੇ ਆ ਲਗਭਗ 8:00 ਦਾ ਟਾਈਮ ਹੈ ਸ਼ਾਮ ਦਾ ਤੇ ਉਸ ਵੇਲੇ ਬਾਹਰ ਕਿੜਮਣ ਕਿੜਮਣ ਭੂਰ ਜੀ ਪਾਈ ਜਾਂਦੀ ਜਿਵੇਂ ਸੌਣ ਦੀ ਝੜੀ ਸ਼ੁਰੂ ਹੋਣ ਲੱਗੀ ਹੋਵੇ ਦੁਪਹਿਰ ਦੇ ਵੇਲੇ ਕੜਾਕੇ ਦੀ ਗਰਮੀ ਸੀ ਤੇ ਹੁਣ ਮੌਸਮ ਠੀਕ ਲੱਗਦਾ ਹੈ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਇਥੋਂ ਦੇ ਨੇ ਕਿ ਭਾਈ ਆਉਂਦੇ 24 ਘੰਟਿਆਂ ਦੇ ਵਿੱਚ ਸ਼ਾਇਦ ਇੱਥੇ ਮੀਂਹ ਕਣੀ ਦੀ ਸੰਭਾਵਨਾ ਬਣੀ ਰਹੇ ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਰਾਹੁਲ ਗਾਂਧੀ ਨਾਲ ਸੰਬੰਧਤ ਰਾਹੁਲ ਗਾਂਧੀ ਨੇ ਲੰਘੇ ਕੱਲ ਇਹ ਗੱਲ ਕਹੀ ਹੈ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਉਹਨੇ ਕਿਹਾ ਜੀ ਕਿ ਈਡੀ ਦੇ ਵੱਲੋਂ ਮੈਨੂੰ ਜਫਾ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਮੇਰੇ ਘਰ ਦੇ ਵਿੱਚ ਮੇਰੇ ਉੱਤੇ ਰੇਡ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹਜ਼ਾਰਾਂ ਸਾਲ ਪਹਿਲਾਂ ਇੱਕ ਚੱਕਰਬੀਉ ਦੇ ਵਿੱਚ ਫਸਾ ਕੇ ਅਬਮਨਿਉ ਨੂੰ ਮਾਰ ਦਿੱਤਾ ਗਿਆ ਸੀ ਨਵੇਂ ਦੌਰ ਦੇ ਵਿੱਚ 6 ਬੰਦਿਆਂ ਦੇ ਵੱਲੋਂ ਭਾਰਤ ਦੇ ਲੋਕਾਂ ਨੂੰ ਨਵੀਂ ਕਿਸਮ ਦੇ ਚੱਕਰਬੀਉ ਦੇ ਵਿੱਚ ਫਸਾਇਆ ਗਿਆ ਇਹ ਨਵੇਂ ਬੰਦੇ ਕਿਹੜੇ ਆ ਨਵੇਂ ਦੌਰ ਦੇ ਵਿੱਚ 6 ਇਹਦੇ ਵਿੱਚ ਇੱਕੋ ਕਨੇਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਨੇ ਮੋਨ ਭਗਵਤ ਨੇ ਅਜੀਤ ਡੋਬਾਲ ਨੇ ਇਹਦੇ ਵਿੱਚੋਂ ਕਹਿੰਦੇ ਅਬਾਨੀ ਨੇ ਤੇ ਅਡਾਨੀ ਨੇ ਇਹਨਾਂ ਦੇ ਵੱਲੋਂ ਸਾਰਾ ਕੁਝ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਇਹ ਆ ਮਹੱਤਵਪੂਰਨ ਜਿਹੜੀ ਕਿ ਸੋਚਣ ਵਿਚਾਰਨ ਵਾਲੀ ਕਿ ਕੀ ਆਉਂਦੇ ਸਮੇਂ ਦੇ ਵਿੱਚ ਸੱਚੀ ਮੁੱਚੀ ਰਾਹੁਲ ਗਾਂਧੀ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਊਗਾ ਇੱਕ ਜਾਣਕਾਰੀ ਤਾਂ ਇਹ ਆ ਰਾਹੁਲ ਗਾਂਧੀ ਦੇ ਵੱਲੋਂ ਤਿੱਖੇ ਸ਼ਬਦ ਕੁਵਾਰ ਕੀਤੇ ਗਏ ਸੀ ਜਿਹਦੇ ਕਰਕੇ ਰੌਲਾ ਖਾਸਾ ਵਧਿਆ ਉਹਨਾਂ ਨੇ ਗੱਲ ਕਹੀ ਸੀ ਕਿ ਨਵੇਂ ਦੌਰ ਦਾ ਚੱਕਰ ਵੀ ਚਲਾਇਆ ਜਾ ਰਿਹਾ 6 ਬੰਦੇ ਨੇ ਤੇ ਹੁਣ ਉਹਨਾਂ ਨੇ ਇਹ ਗੱਲ ਆਪ ਕਹੀ ਹੈ ਕਿ ਮੇਰੇ ਇਸ ਬਿਆਨ ਤੋਂ ਖਫਾ ਹੋ ਕੇ ਮੇਰੇ ਇਸ ਭਾਸ਼ਣ ਤੋਂ ਨਾਰਾਜ਼ ਹੋ ਕੇ ਬੀਜੇਪੀ ਦੇ ਵੱਲੋਂ ਮੈਨੂੰ ਕੁੜਕੀ ਦੇ ਵਿੱਚ ਫਸਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਮੇਰੇ ਉੱਤੇ ਈਡੀ ਦੀ ਰੇਡ ਪੈ ਸਕਦੀ ਹੈ ਪਰ ਉਹਨਾਂ ਨੇ ਕਿਹਾ ਜੀ ਕਿ ਮੈਂ ਈਡੀ ਨੂੰ ਬਾਹਾਂ ਖੋਲ ਕੇ ਸਵਾਗਤ ਕਰੂੰਗਾ ਮੈਂ ਈਡੀ ਦੇ ਅਧਿਕਾਰੀਆਂ ਨੂੰ ਚਾਹ ਦੇ ਨਾਲ ਬਿਸਕਟ ਖਵਾਉਂਗਾ ਤੇ ਛੇਤੀ ਆਉਣ ਤੇ ਛੇਤੀ ਮੇਰੇ ਉੱਤੇ ਛਾਪੇਮਾਰੀ ਕਰ ਲੈਣ ਸੋ ਇਸ ਦੇ ਇਲਾਵਾ ਕੁਝ ਕੁ ਹੋਰ ਜਿਹੜੇ ਇੰਡੀਆ ਗੱਠ ਜੋੜ ਦੇ ਨੇਤਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਇੱਕ ਤੇਜ਼ ਤਰਾਰ ਨੇਤਾ ਦੇ ਤੌਰ ਦੇ ਉੱਤੇ ਬੀਜੇਪੀ ਨੂੰ ਘੇਰ ਰਹੇ ਆ ਉਹਨਾਂ ਨੇ ਕਿਹਾ ਜੀ ਕਿ ਸੰਸਦ ਦੇ ਵਿੱਚ ਵਿਰੋਧੀ ਦਲ ਦੇ ਉਹ ਨੇਤਾ ਹੈਗੇ ਆ ਤੇ ਇਹ ਆਪਾਂ ਜਾਣਦੇ ਆ ਕਿ ਏਜੰਸੀਆਂ ਦੇ ਵੱਲੋਂ ਉਹਨਾਂ ਲੋਕਾਂ ਨੂੰ ਉਹਨਾਂ ਨੇਤਾਵਾਂ ਨੂੰ ਕਿਵੇਂ ਘੇਰਾ ਪਾਇਆ ਜਾਂਦਾ ਜਿਹੜੇ ਕਿ ਇਸ ਵੇਲੇ ਵਰਤਮਾਨ ਸਮੇਂ ਦੇ ਵਿੱਚ ਬੀਜੇਪੀ ਦੇ ਉੱਤੇ ਕਟਾਕਸ਼ ਕਰਦੇ ਉਹਨਾਂ ਨੂੰ ਘੇਰਾ ਪਾਉਂਦੇ ਆ ਸੋ ਇਸ ਕਰਕੇ ਗੱਲ ਗਲਤ ਨਹੀਂ ਹੋਣੀ ਉਹਨਾਂ ਨੇ ਕਿਹਾ ਰਾਹੁਲ ਗਾਂਧੀ ਵੀ ਪਰ ਹੁਣ ਅਗਲੀ ਗੱਲ ਆ ਕਿਉਂਕਿ ਜਿਹੜੇ ਹਰਿਆਣੇ ਦੇ ਸਾਬਕਾ ਗ੍ਰਹਿ ਵਿਭਾਗ ਦੇ ਮੰਤਰੀ ਆ ਅਨਿਲ ਵਿਜ ਉਹਨਾਂ ਨੇ ਕਿਹਾ ਜੀ ਕਿ ਰਾਹੁਲ ਗਾਂਧੀ ਨੂੰ ਬਿਲਕੁਲ ਓਵੇਂ ਸੁਪਨੇ ਆਉਂਦੇ ਆ ਈਡੀ ਦੇ ਜਿਵੇਂ ਕਿ ਚੂਹੇ ਨੂੰ ਬਿੱਲੀ ਦੇ ਸੁਪਨੇ ਆਉਂਦੇ ਰਹਿੰਦੇ ਹੁੰਦੇ ਆ ਸੋ ਮਤਲਬ ਕਹਿਣ ਦਾ ਇਹ ਆ ਕਿ ਇਸ ਮਾਮਲੇ ਦੇ ਉੱਤੇ ਕਮਸਾਨ ਛੜਿਆ ਹੋਇਆ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਪਰ ਕੁੱਲ ਮਿਲਾ ਕੇ ਗੱਲ ਇਹ ਕਹਣੀ ਬਣਦੀ ਆ ਕਿ ਇਸ ਵੇਲੇ ਰਾਹੁਲ ਗਾਂਧੀ ਦੇ ਬਿਆਨਾਂ ਦੇ ਉੱਤੇ ਤੇ ਇਸ ਤਰ੍ਹਾਂ ਦੇ ਬਿਆਨਾਂ ਦੇ ਉੱਤੇ ਰਾਜਨੀਤੀ ਵਿਛੜਦੀ ਆ ਧਰਮ ਦਾ ਮੁੱਦਾ ਵੀ ਬਣ ਜਾਂਦਾ ਤੇ ਰਾਹੁਲ ਗਾਂਧੀ ਦੇ ਵੱਲੋਂ ਕੀਤੇ ਗਏ ਕਟਾਕਸ਼ ਦੇ ਉੱਤੇ ਭਾਜਪਾ ਦੇ ਵੱਲੋਂ ਕੋਈ ਐਕਸ਼ਨ ਲਿਆ ਜਾਊਗਾ ਜਾਂ ਨਹੀਂ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਜਿਹੜੀ ਪੰਜਾਬ ਦੀ ਮਹੱਤਵਪੂਰਨ ਜਾਣਕਾਰੀ ਹੈ ਉਹ ਇਹ ਹੈ ਕਿ ਲੰਘੇ ਕੱਲ ਜਿਹੜੇ ਬਗਾਵਤ ਕਰਨ ਵਾਲੇ ਨੇਤਾ ਨੇ ਬਾਗੀ ਨੇਤਾ ਨੇ ਜਿਹੜੇ ਉਹਨਾਂ ਦੇ ਵੱਲੋਂ ਇੱਕ ਨਵੀਂ ਗੱਲ ਕਹੀ ਗਈ ਹੈ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੇ ਮਾਮਲੇ ਦੇ ਉੱਤੇ ਆਪਣੀ ਚੁੱਪ ਤੋੜੀ ਹੈ ਉਹਨਾਂ ਨੇ ਕਿਹਾ ਜਿਕੇ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਵੀ ਪਾਰਟੀ ਦੇ ਸਰਪ੍ਰਸਤ ਹੁੰਦੇ ਸੀ ਨਾਲ ਦੀ ਨਾਲ ਉਹ ਮੁੱਖ ਮੰਤਰੀ ਵੀ ਹੁੰਦੇ ਸੀ ਹੁਣ ਇਹ ਗੱਲ ਕਹੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦੇ ਨਿਹੜਿਆਂ ਦੇ ਵੱਲੋਂ ਕਿ ਸੁਖਦੇਵ ਸਿੰਘ ਢੀਂਡਸਾ ਤਾਂ ਵੈਸੇ ਗੱਲੀ ਬਾਤੀ ਸਰਪ੍ਰਸਤ ਸੀ ਜਾਂ ਕਹਿ ਦਈਏ ਵੀ ਇਸੀ ਸਤਕਾਰ ਦੇ ਤੌਰ ਦੇ ਉੱਤੇ ਸਰਪ੍ਰਸਤ ਬਣਾਇਆ ਸੀ ਉਦਾਂ ਕੋਈ ਸਰਪ੍ਰਸਤ ਦੇ ਕੋਲੇ ਅਵਧਾ ਨਹੀਂ ਹੁੰਦਾ ਕੋਈ ਬਹੁਤ ਵੱਡਾ ਰੁਤਬਾ ਨਹੀਂ ਹੁੰਦਾਗਾ ਇਹ ਤਾਂ ਜੇ ਸਤਕਾਰ ਕੋਈ ਲੈਣਾ ਚਾਵੇ ਤਾਂ ਉਹਨੂੰ ਸਰਪ੍ਰਸਤ ਦਾ ਰੁਤਬਾ ਦਿੱਤਾ ਜਾਂਦਾ ਪਰ ਉਹਨਾਂ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਸੁਖਦੇਵ ਸਿੰਘ ਢੀਂਡਸਾ ਇਹ ਗੱਲ ਕਹਿੰਦੇ ਵੀ ਸਰਪ੍ਰਸਤ ਮੈਨੂੰ ਪਹਿਲਾਂ ਬਣਾਇਆ ਹੁਣ ਕਹਿੰਦੇ ਵੀ ਭਾਈ ਤੁਹਾਡਾ ਰੁਤਬਾ ਕਿਹੜਾ ਹੁੰਦਾ ਇਹ ਤਾਂ ਹੁੰਦਾ ਹੀ ਕੁਝ ਨਹੀਂਗਾ ਹੁਣ ਇਹ ਗੱਲ ਕਹੀ ਆ ਕਿ ਵੱਡੇ ਬਾਦਲ ਸਾਹਿਬ ਵੀ ਤਾਂ ਸਰਪ੍ਰਸਤ ਹੁੰਦੇ ਸੀ ਤੇ ਮੁੱਖ ਮੰਤਰੀ ਵੀ ਰਹੇ ਆ ਤੇ ਜੇਕਰ ਉਦੋਂ ਉਹ ਸਰਪ੍ਰਸਤੀ ਦੇ ਅਹੁਦੇ ਦੇ ਉੱਤੇ ਬੈਠ ਕੇ ਰੁਤਮੇ ਦੇ ਉੱਤੇ ਰਹਿ ਕੇ ਬੜੀ ਵੱਡੀ ਸ਼ਖਸੀਅਤ ਮੰਨੇ ਜਾਂਦੇ ਸੀ ਤਾਂ ਹੁਣ ਸੁਖਦੇਵ ਸਿੰਘ ਢੀਂਡ ਸਾਹਿਬ ਨੂੰ ਤੁਸੀਂ ਕਿਉਂ ਨਹੀਂ ਮੰਨਦੇ ਸੋ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਸ਼ਬਦਕਵਾਰ ਕੀਤੇ ਜਾ ਰਹੇ ਆ ਪਰ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਅਸੀਂ ਵੀਰਵਾਸਾਂ ਜਾਂ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਸਖਦੇਵ ਸਿੰਘ ਢੀਂਸਾ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੇ ਫੈਸਲੇ ਦੇ ਉੱਤੇ ਤਿੱਖੀ ਪ੍ਰतिक੍ਰਿਆ ਦਿੱੰਦਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਅਨੁਸ਼ਾਸਨੀ ਕਮੇਟੀ ਵਿੱਚ ਕੋਈ ਵਿਵਸਥਾ ਹੀ ਨਹੀਂ ਹੈ ਇਸ ਲਈ ਇਸ ਵੱਲੋਂ ਲਏ ਜਾ ਰਹੇ ਸਾਰੇ ਫੈਸਲੇ ਹੀ ਗੈਰਕਾਨੂੰਨੀ ਤੇ ਰਵਾਇਤਾਂ ਤੋਂ ਉਲਟ ਨੇ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਬੀਬੀ ਜਗੀਰਕੌਰ ਬਲਦੇਵ ਸਿੰਘ ਮਾਨ ਸੋਚਾ ਸਿੰਘ ਛੋਟੇਪੁਰ ਭਾਈ ਮਨਜੀਤ ਸਿੰਘ ਸੁਰਜੀਤ ਸਿੰਘ ਰਖੜਾ ਤੇ ਗੱਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਸਿਰਫ ਵਰਕਿੰਗ ਕਮੇਟੀ ਦੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਤੋਂ ਬਿਨਾ ਕਿਸੇ ਹੋਰ ਕਮੇਟੀ ਦੀ ਵਿਵਸਥਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਕਥਿਤ ਅਨਸ਼ਾਸਨੀ ਕਮੇਟੀ ਖੁਦ ਹੀ ਗੈਰ ਸੰਵਿਧਾਨਕ ਹੈ ਤਾਂ ਉਸ ਵੱਲੋਂ ਲੈ ਗਿਆ ਕੋਈ ਵੀ ਫੈਸਲਾ ਸੰਵਿਧਾਨਕ ਕਿਵੇਂ ਹੋ ਸਕਦਾ ਹੈ ਇਸ ਲਈ ਇਸ ਫੈਸਲੇ ਦੀ ਨਾ ਤਾਂ ਕੋਈ ਕਾਨੂੰਨੀ ਵਕਤ ਹੈ ਤੇ ਨਾ ਹੀ ਇਸ ਨੂੰ ਪਾਰਟੀ ਕਿਡਰ ਨੇ ਪ੍ਰਮਾਨ ਕੀਤਾ ਇਹਨਾਂ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਵਿੱਚ ਕੋਰ ਕਮੇਟੀ ਦੀ ਵੀ ਕੋਈ ਵਿਵਸਥਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਮਹੇਸ਼ ਧਰ ਸਿੰਘ ਗਰੇਵਾਲ ਵੱਲੋਂ ਪਾਰਟੀ ਦੇ ਸਰਪਲਸ ਹੋ ਚੁਕੇ ਆਗੂ ਨੂੰ ਸਰਪ੍ਰਸਤ ਦਾ ਆਨਰੇਰੀ ਅਹੁਦਾ ਦੇਣ ਦੇ ਦਿੱਤੇ ਗਏ ਤਰਕ ਨੂੰ ਅਸਲੋਂ ਹੀ ਥੋਥਾ ਕਰਾਰ ਦਿੰਦੇ ਹਾਂ ਅਕਾਲੀ ਆਗੂ ਨੇ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰਪ੍ਰਸਤ ਬਣਾਉਣ ਤੋਂ ਬਾਅਦ ਵੀ ਮੁੱਖ ਮੰਤਰੀ ਕਿਉਂ ਬਣਾ ਕੇ ਰੱਖਿਆ ਗਿਆ ਤੇ ਉਹ ਪਾਰਟੀ ਦੇ ਲਗਭਗ 15 ਸਾਲ ਸਰਪ੍ਰਸਤ ਦੇ ਤੌਰ ਦੇ ਉਤੇ ਅਸਲ ਮੁਖੀ ਕਿਵੇਂ ਬਣੇ ਰਹੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪਾਰਟੀ ਦੇ ਪ੍ਰਕਾਸ਼ ਸਿੰਘ ਬਾਦਲ ਦੇ ਸਰਪੰਸਤ ਬਣਨ ਤੋਂ ਬਾਅਦ 2012 ਦੀ ਵਿਧਾਨ ਸਭਾ ਚੋਣ ਵੀ ਉਹਨਾਂ ਦੇ ਨਾਂ ਦੇ ਉੱਤੇ ਤੇ ਉਹਨਾਂ ਦੀ ਅਗਵਾਈ ਵਿੱਚ ਲੜੀ ਗਰੇਵਾਲ ਨੂੰ ਡਰਾਇੰਗ ਰੂਮ ਨੇਤਾ ਐਲਾਨ ਦਿਆ ਇਹਨਾਂ ਆਗੂਆਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਿਰਫ ਇੱਕ ਇਲੈਕਸ਼ਨ ਜਿੱਤਣ ਵਾਲੇ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੰਘੇ ਕੱਲ੍ਹ ਸਾਨੂੰ 2-3 ਸੱਜਣਾ ਦੇ ਫੋਨ ਆਏ ਉਹ ਇਹ ਗੱਲ ਕਹਿੰਨੇ ਕਿ ਅਕਾਲੀ ਦਲ ਨੂੰ ਲੰਘੇ ਵੇਲੇ ਦੇ ਵਿੱਚ ਵੀ ਬਹੁਤ ਸਾਰੀਆਂ ਔਕੜਾਂ ਤੇ ਬੜੀ ਭੰਨ ਤੋੜ ਦਾ ਸਾਹਮਣਾ ਕਰਨਾ ਪਿਆ ਪਰ ਇਹ ਭੰਨ ਤੋੜ ਵਖਤੀ ਤੌਰ ਦੇ ਉੱਤੇ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਨਹੀਂ ਵਿਗੜਦਾ ਉਹਨਾਂ ਦਾ ਇਹ ਕਹਿਣਾ ਤਰਕ ਉਹਨਾਂ ਦਾ ਇਹ ਹੈ ਕਿ ਜਦੋਂ ਵੱਡੇ ਬਾਦਲ ਸਾਹਿਬ ਸੀ ਉਦੋਂ ਵੀ ਬੜਾ ਕੁਝ ਹੋਇਆ ਪਹਿਲਾਂ ਵੀ ਬੜਾ ਕੁਝ ਹੁੰਦਾ ਰਿਹਾ ਹੁਣ ਵੀ ਬੜਾ ਕੁਝ ਹੋ ਰਿਹਾ ਇਹ ਪਾਰਟੀ ਦੇ ਵਿੱਚ ਕੁਝ ਕਿ ਨੇਤਾਵਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਬਗਾਵਤ ਦੇ ਰਾਹ ਦੇ ਉੱਤੇ ਜਾਂ ਕੋਈ ਭੰਨ ਕੱਟਦੇ ਰਾਹ ਦੇ ਉੱਤੇ ਤੁਰਿਆ ਜਾਂਦਾ ਏਦਾਂ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਉਹਨਾਂ ਲੋਕਾਂ ਦੇ ਤਰਕ ਨਾਲ ਇਸ ਕਰਕੇ ਸਹਿਮਤ ਨਹੀਂ ਕਿਉਂਕਿ ਲੰਘੇ ਵੇਲੇ ਦੇ ਵਿੱਚ ਜਦੋਂ ਵੀ ਪਾਰਟੀ ਵਿੱਚ ਬਗਾਵਤ ਉੱਠੀ ਜਦੋਂ ਵੀ ਅਕਾਲੀ ਦਲ ਦੇ ਵਿੱਚੋਂ ਇੱਕ ਨਵਾਂ ਅਕਾਲੀ ਦਲ ਨਿਕਲਿਆ ਉਸ ਵੇਲੇ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹਨਾਂ ਦਾ ਪ੍ਰਭਾਵ ਬਹੁਤ ਸੀ ਤੇ ਅਕਾਲੀ ਦਲ ਉਦੋਂ ਹੁਣ ਨਾਲੋਂ ਕਾਫੀ ਮਜ਼ਬੂਤ ਸਥਿਤੀ ਵਿੱਚ ਸੀ ਅੱਜ ਵਾਲੀ ਸਥਿਤੀ ਵਿੱਚ ਕਦੇ ਨਹੀਂ ਸੀ ਹੋਇਆ ਸੋ ਜੇਕਰ ਅੱਜ ਅਕਾਲੀ ਦਲ ਇਕੱਠੇ ਹੋ ਕੇ ਵੀ ਪਤਲੀ ਹਾਲਤ ਦੇ ਵਿੱਚ ਆ ਤਾਂ ਅੱਡੋ-ਫਾਟੀ ਹੋ ਕੇ ਕਿਵੇਂ ਇਕਤਾ ਦੇ ਵਿੱਚ ਰਹਿ ਸਕਦਾ ਜਾਂ ਮਜ਼ਬੂਤ ਰਹਿ ਸਕਦਾ ਇਸ ਵਾਲਾ ਨਾ ਸਵਾਲ ਹੈ ਕੀ ਤੁਸੀਂ ਅੱਜ ਮੰਨਦੇ ਹੋ ਸਾਡੇ ਜਿਹੜੇ ਪਰਿਵਾਰਕ ਮੈਂਬਰ ਹੈ ਕੀ ਟਿੱਪਣੀ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਸਭਕ ਤਰੀਕੇ ਦੇ ਨਾਲ ਕਿ ਕੀ ਤੁਹਾਨੂੰ ਲੱਗਦਾ ਕਿ ਵਰਤਮਾਨ ਸਮੇਂ ਦੇ ਵਿੱਚ ਅਕਾਲੀ ਦਲ ਜਿਹੜੀ ਸਥਿਤੀ ਦੇ ਉੱਤੇ ਪਹੁੰਚਿਆ ਹੋਇਆ ਜਿਵੇਂ ਇਹ ਇਕੱਠੇ ਵੀ ਸੀ 2022 ਦੇ ਵਿੱਚ ਚਲੋ ਇਕੱਠੇ ਹੋ ਕੇ ਚੋਣ ਲੜੀ ਆ ਪਰ ਮਿਲੇ ਗਏ ਤਿੰਨ ਸੀਟਾਂ ਆ ਲੋਕ ਸਭਾ ਦੀ ਚੋਣ ਵੀ ਚਲੋ ਇਕੱਠੇ ਹੋ ਕੇ ਲੜੀ ਆ ਮਿਲੀ ਸਿਰਫ ਇੱਕ ਸੀਟ ਦਸਾਂ ਸੀਟਾਂ ਦੇ ਉੱਤੇ ਜ਼ਮਾਨਤ ਜ਼ਬਤ ਹੋਈ ਆ ਤੇ ਫਿਰ ਹੁਣ ਜਿਹੜੋ ਖਖੜੀਆਂ ਕਰੇਲੇ ਹੋ ਗਏ ਨੌ ਤਾਂ ਵੱਡੇ ਬੰਦੇ ਪਾਰਟੀ ਦੇ ਵਿੱਚੋਂ ਪਰੇ ਕਰ ਦਿੱਤੇ ਗਏ ਆ ਸਰਪ੍ਰਸਤ ਤੋਂ ਲੈ ਕੇ ਬਾਕੀ ਵਖ ਵਖਵਹਦੇਦਾਰ ਤੇ ਜਿਹਨੋਂ ਇਕੱਠਿਆਂ ਦਾ ਆਪਣਾ ਕੁਝ ਨਹੀਂ ਬਣਿਆ ਦਾ ਅਟੋ ਫਾਟੀ ਹੋ ਕੇ ਆਪਣਾ ਕੀ ਬਣ ਸਕਦਾ ਇਹਦੇ ਬਾਰੇ ਆਪੇ ਸੋਚ ਵਿਚਾਰ ਕੇ ਫੈਸਲਾ ਕਰਿਓ ਤੇ ਦੱਸਿਓ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਅਕਾਲੀ ਦਲ ਦੇ ਵਿੱਚ ਓਨੀ ਦੇਰ ਤੱਕ ਜਾਨ ਪੈਣੀ ਰੂਹ ਫੁੱਕੀ ਜਾਣੀ ਸੰਭਵ ਨਹੀਂ ਜਿੰਨੀ ਦੇਰ ਤੱਕ ਇਕਤਾ ਦੀ ਗੱਲ ਨਹੀਂ ਹੁੰਦੀ ਥੱਕੇ ਹਾਰੇ ਟੁੱਟੇ ਝੰਬੇ ਮਯੂਸ ਤੇ ਨਕਾਰੇ ਹੋਏ ਨੇਤਾਵਾਂ ਨੂੰ ਤਵਕਕੂ ਦੇਣ ਦੀ ਥਾਂ ਦੇ ਉੱਤੇ ਤਵਜੋ ਦੇਣ ਦੀ ਥਾਂ ਦੇ ਉੱਤੇ ਲਾਂਬੇ ਕਰਕੇ ਇੱਕ ਮਜ਼ਬੂਤ ਨਵੀਂ ਧਿਰ ਨੂੰ ਮੂਰੇ ਲਿਆਉਣ ਦੀ ਲੋੜ ਹੈ ਤੇ ਜਿੰਨੀ ਦੇਰ ਤੱਕ ਕਿਸੇ ਵੀ ਪਾਰਟੀ ਦੇ ਵਿੱਚ ਯੂਥ ਮਜ਼ਬੂਤ ਰੂਪ ਦੇ ਵਿੱਚ ਨਹੀਂ ਹੋਊਗਾ ਉਨੀ ਦੇਰ ਤੱਕ ਉਸ ਪਾਰਟੀ ਦਾ ਕੁਝ ਨਹੀਂ ਬਣਦਾ ਮੈਂ ਤੁਹਾਨੂੰ ਇੱਕ ਵਾਰ ਅੱਗੇ ਵੀ ਧਾਰਨ ਦੇ ਤੌਰ ਦੇ ਉੱਤੇ ਬੇਨਤੀ ਕੀਤੀ ਸੀ ਵੀ ਇੱਕ ਨੇਤਾ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਯਾਰ ਸਾਡੀ ਪਾਰਟੀ ਦੇ ਵਿੱਚ ਯੂਥ ਨਹੀਂ ਜੁੜ ਰਿਹਾ ਯੂਥ ਵਿੰਗ ਸਾਡਾ ਮਜ਼ਬੂਤ ਨਹੀਂ ਹੈਗਾ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਯੂਥ ਹੈ ਕਿੱਥੇ ਪੰਜਾਬ ਦੇ ਵਿੱਚ ਯੂਥ ਆਪਾਂ ਰਹਿਣ ਕਿੱਥੇ ਦਿੱਤਾ ਪੰਜਾਬ ਦੇ ਵਿੱਚ ਪੰਜਾਬ ਦਾ ਯੂਥ ਤਾਂ 25 ਤੋਂ 30 ਲੱਖ ਰੁਪਇਆ ਲਾ ਕੇ ਕੈਨੇਡਾ ਤੇ ਹੋਰ ਵੱਖ-ਵੱਖ ਦੇਸ਼ਾਂ 'ਚ ਚਲਾ ਗਿਆ ਜਿਹੜਾ ਨਹੀਂ ਗਿਆ ਉਹ ਹਾਈਲਾਈਟਸ ਕਰ ਰਿਹਾ ਜਿਹੜਾ ਨਹੀਂ ਜਾ ਸਕਦਾ ਉਹ ਇਸ ਵੇਲੇ ਜਾਂ ਤਾਂ ਕੋਈ ਆਪ ਦਾ ਕਿਰਤ ਕਮਾਈ ਚਲੋ ਕਰ ਰਿਹਾ ਬਹੁਤ ਵਧੀਆ ਗੱਲਾਂ ਵੱਡੀ ਗਿਣਤੀ ਦੇ ਵਿੱਚ ਨਸ਼ੇ ਦੇ ਆਦੀ ਹੋਏ ਪਏ ਆ ਤੁਸੀਂ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਪੰਜਾਬ ਦੇ ਵਿੱਚ ਇੰਨਾ ਵੀ ਯੂਥ ਨਹੀਂ ਬਚਾਇਆ ਕਿ ਤੁਹਾਡੀ ਪਾਰਟੀ ਦਾ ਵਿੰਗੀ ਬਚ ਸਕੇ ਸੋ ਗੱਲ ਇਹ ਹੈ ਜੀ ਕਿ ਇਸ ਵੇਲੇ ਅਕਾਲੀ ਦਲ ਦੇ ਕੋਲੇ ਵੀ ਯੂਥ ਦੀ ਕਮੀ ਆ ਤੇ ਬਿਨਾਂ ਸ਼ੱਕ ਕਾਂਗਰਸ ਦੇ ਕੋਲ ਵੀ ਆਪਾਂ ਕਈ ਵਾਰੀ ਇਕੱਠ ਵੇਖ ਕੇ ਗੱਲ ਕਹਿ ਦਿੰਨੇ ਆ ਨਹੀਂ ਨਹੀਂ ਲਾਲਾ ਲਾਲਾ ਹੋਈ ਪਈ ਸੀ ਤਣ ਸੁੱਟਣ ਜੋਗੀ ਥਾ ਨਹੀਂ ਸੀ ਪਰ ਕੀ ਉਹ ਸਾਰੇ ਪੰਜਾਬ ਦੇ ਹੀ ਹੁੰਦੇ ਆ ਜਾਂ ਆਂਡੀ ਗਵੰਡੀ ਵੀ ਇਕੱਠੇ ਕਰਕੇ ਲੜਨੇ ਜਾਂਦੇ ਆ ਜਾਂ ਕੀ ਉਹ ਪੈਸੇ ਟਕੇ ਦੇ ਲਾਲਚ ਦੇ ਵਿੱਚ ਆਏ ਹੁੰਦੇ ਖਾਣ ਪੀਣ ਦੇ ਲਾਲਚ ਦੇ ਵਿੱਚ ਆਏ ਹੁੰਦੇ ਆ ਸੋਚਣ ਵਿਚਾਰਨ ਵਾਲੀ ਗੱਲ ਆ ਪਰ ਇਸ ਤੋਂ ਪਰੇ ਹੋ ਕੇ ਜੇਕਰ ਫਿਰ ਮੁੱਦੇ ਦੇ ਉੱਤੇ ਆ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਅੱਜ ਜਿਹੜੀ ਪਤਲੀ ਸਥਿਤੀ ਦੇ ਵਿੱਚ ਹੈ ਇਹਨੂੰ ਬਾਹਰ ਕੱਢਣ ਦੇ ਲਈ ਕੋਈ ਚਮਤਕਾਰੀ ਗੱਲ ਹੋਣੀ ਚਾਹੀਦੀ ਆ ਜਿਹੜੀਆਂ ਕਿਸੀਆਂ ਪਟੀਆਂ ਗੱਲਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਇਹਨਾਂ ਦੇ ਕਰਕੇ ਪਾਰਟੀ ਨੇ ਮਜ਼ਬੂਤ ਨਹੀਂ ਹੋਣਾ ਜੇ ਪਾਕਾਇ ਰਗੇ ਜਿੱਕੇ ਇਹਨੂੰ ਇੱਥੇ ਬਿਠਾਤਾ ਇਹਨੂੰ ਇੱਥੇ ਬਿਠਾਤਾ ਇਹਦੇ ਨਾਲ ਕੋਈ ਫਰਕ ਨਹੀਂ ਜੇ ਪੈਣਾ ਸੋ ਅਕਾਲੀ ਦਲ ਦੇ ਲਈ ਬਹੁਤ ਵੱਡੇ ਹਮਲੇ ਦੀ ਜ਼ਰੂਰਤ ਹੈ ਜੇਕਰ ਉਹ ਹਮਲੇ ਨਹੀਂ ਵੱਜਦੇ ਤਾਂ ਫਿਰ ਅਕਾਲੀ ਦਲ ਦੀ ਹਾਲਤ ਪਤਲੀ ਹੀ ਰਹਿਣੀ ਆ ਜਿਸ ਤਰੀਕੇ ਦੇ ਨਾਲ ਬਾਇਨਾੜ ਦੇ ਵਿੱਚ ਯਾਨੀ ਕਿ ਕੇਰਲ ਦੇ ਬਾਇਨਾੜ ਖੇਤਰ ਦੇ ਵਿੱਚ ਲੈਂਡ ਸਲਾਈਡਿੰਗ ਹੋਈ ਆ ਤੇ ਜਿਸ ਤਰੀਕੇ ਦੇ ਨਾਲ ਉੱਥੇ ਲਗਾਤਾਰ ਮੀਂਹ ਪੈਣ ਦੇ ਕਰਕੇ ਲੋਕਾਂ ਦੀ ਮੌਤ ਦੀ ਖਬਰ ਆਈ ਆ ਲਗਭਗ 300 ਲੋਕਾਂ ਦੀ ਮੌਤ ਦੀ ਖਬਰ ਹੁਣ ਤੱਕ ਆ ਚੁੱਕੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਤਾਂ ਹਾਲੇ ਵੀ ਲਾਪਤਾ ਹੈਗੇ ਆ ਤੇ ਕਈ ਲੋਕ ਇਸ ਵੇਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਆ ਤੇ ਲੈਂਡ ਸਲਾਈਡਿੰਗ ਦਾ ਖਤਰਾ ਹਲੇ ਵੀ ਮੰਡਰਾ ਰਿਹਾ ਦੇਖੋ ਕੁਦਰਤ ਦੇ ਕਹਿਰ ਦੇ ਮੁਰੇ ਤਾਂ ਕੋਈ ਜ਼ੋਰ ਨਹੀਂ ਚੱਲਦਾ ਪੰਜਾਬ ਦੇ ਵਿੱਚ ਵੀ ਕੁਝ ਨਾ ਵਾਪਰੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੁਝ ਵੀ ਅਣਸੁਖਾਵਾਂ ਨਾ ਵਾਪਰੇ ਇਹਦੀ ਤਾਂ ਅਸੀਂ ਕਾਮਨਾ ਕਰਦੇ ਆ ਪਰ ਮੰਨ ਲੋ ਕਿ ਪੰਜਾਬ ਦੇ ਵਿੱਚ ਵੀ ਪਿੱਛੇ ਜੇ ਆਪਾਂ ਜਾਣਦੇ ਕਿ ਹੜ ਆਇਆ ਸੀ ਜਦੋਂ ਕਪੂਰਥਲਾ ਤੇ ਆਲੇ ਦੁਆਲੇ ਦੇ ਕਈ ਖੇਤरां ਦੇ ਵਿੱਚ ਬਨ ਟੁੱਟ ਗਿਆ ਸੀਗਾ ਤੇ ਉਸ ਤੋਂ ਬਾਅਦ ਖੇਤਾਂ ਦੇ ਵਿੱਚ 2 2 3 3 4 4 ਫੁੱਟ ਰੇਤ ਆ ਗਿਆ ਸੀ ਪਰ ਉਸ ਵੇਲੇ ਲੋਕ ਦਾਨੀ ਸੱਜਣ ਮੂਰੇ ਤਾਂ ਬਹੁਤ ਆਏ ਪਰ ਕਲਾਕਾਰ ਜਾਂ ਸਮਰਥ ਲੋਕ ਕਿੰਨੇ ਕੁ ਅਗਿਆਏ ਸੀ ਪਰ ਵਾਇਨਾਟ ਖੇਤਰ ਦੇ ਵਿੱਚ ਕਲਾਕਾਰਾਂ ਨੇ ਆਪਣੇ ਖੇਤਰ ਨੂੰ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਬਚਾਉਣ ਦੇ ਲਈ ਜਿਸ ਤਰੀਕੇ ਦੇ ਨਾਲ ਮਦਦ ਕਰਨ ਦਾ سلسلہ ਸ਼ੁਰੂ ਕੀਤਾ ਗਿਆ ਇਹ ਵੀ ਇੱਕ ਉਦਾਹਰਨ ਹੈ ਦੇਖੋ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਣਸੁਖਾਵਾਂ ਕੁਝ ਵਾਪਰਦਾ ਕੱਲ ਨੂੰ ਕੋਈ ਪਤਾ ਨਹੀਂ ਕਿਤੇ ਪਚਾੜਾ ਜੇ ਕੱਲ ਨੂੰ ਕੋਈ ਪਤਾ ਨਹੀਂ ਬਦਲ ਫਟ ਗਏ ਕੀ ਪਤਾ ਹੁੰਦਾ ਕੁਦਰਤ ਦੇ ਮੂਰੇ ਜ਼ੋਰ ਕੀ ਹੈ ਆਪਾਂ ਕਦੇ ਨਹੀਂ ਵੀ ਇਹੋ ਜੀ ਗੱਲ ਨਹੀਂ ਕਰੀਦੀ ਪਰ ਤਿਆਰ ਤਾਂ ਹਰ ਗੱਲ ਹੀ ਰਹਿਣਾ ਚਾਹੀਦਾ ਵੀ ਹੋ ਕੁਝ ਵੀ ਸਕਦਾ ਅੱਖ ਝਪਕਦੇ ਆ ਪਰ ਵਾਇਨਾਰਡ ਦੇ ਵਿੱਚ ਜੋ ਕੁਝ ਹੋਇਆ ਸਰਕਾਰ ਕਿੰਨੀ ਕ ਮਦਦ ਕਰਦੀ ਆ ਕਦੋਂ ਮਦਦ ਕਰਦੀ ਮੈਨੂੰ ਨਹੀਂ ਇਹਦਾ ਬਾਰੇ ਪਤਾ ਹੋ ਸਕਦਾ ਬਹੁਤ ਜ਼ਬਰਦਸਤ ਮਦਦ ਕਰੇ ਹੋ ਸਕਦਾ ਗੱਲ ਨਹੀਂ ਬਤੀ ਸਾਰੇ ਜਿਵੇਂ ਕਿ ਸਾਡੀਆਂ ਸਰਕਾਰਾਂ ਸਾਰੀਆਂ ਹੁੰਦੀਆਂ ਪਰ ਉਥੋਂ ਦੇ ਕਲਾਕਾਰਾਂ ਨੇ ਸਾਊਥ ਦੇ ਕਲਾਕਾਰਾਂ ਨੇ ਜਿਹੜੀ ਮਦਦ ਦਾ ਸਿਲਸਲਾ ਸ਼ੁਰੂ ਕੀਤਾ ਉਹਨੇ ਪ੍ਰਭਾਵਿਤ ਕੀਤਾ ਤੇ ਇਹ ਖਬਰ ਇਸ ਕਰਕੇ ਸਾਂਝੀ ਕਰ ਰਹੇ ਆ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਲੋੜਵੰਦਾ ਜੇਕਰ ਪੰਜਾਬ ਦੇ ਵਿੱਚ ਕੋਈ ਕੁਦਰਤੀ ਆਫਤ ਹੁੰਦੀ ਹੈ ਜੇਕਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਜਿਹੜੇ ਸਮਰੱਥ ਲੋਕ ਆ ਜਿਹੜੇ ਕਿ ਇਹਨਾਂ ਆਮ ਲੋਕਾਂ ਦੇ ਵੱਲੋਂ ਛੋਹ ਲਵਾਉਣ ਕਰਕੇ ਟਿਕਟਾਂ ਖਰੀਦਣ ਦੇ ਕਰਕੇ ਹੀ ਅਮੀਰ ਕੀਤੇ ਜਾਂਦੇ ਆ ਕਿਉਂਕਿ ਆਮ ਬੰਦਾ ਹੀ ਟਿਕਟਾਂ ਖਰੀਦਦਾ ਤੇ ਉਹਨਾਂ ਲੋਕਾਂ ਦੇ ਉੱਤੇ ਜਦੋਂ ਕੋਈ ਸੰਕਟ ਪੈਂਦਾ ਤਾਂ ਉਸ ਵੇਲੇ ਮਦਦ ਕਰਨ ਦਾ ਫਰਜ਼ ਬਣਦਾ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਕੇਰਲ ਦੇ ਵਾਇਨਾਰਦੇ ਵਿੱਚ 29 ਤੇ 30 ਜੁਲਾਈ ਦੀ ਰਾਤ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਲੈਂਡ ਸਲਾਈਡਿੰਗ ਨਾਲ ਚਾਰ ਘਟਨਾਵਾਂ ਵਾਪਰੀਆਂ ਸਨ ਚਾਰ ਪਿੰਡ ਵਹਿ ਗਏ ਹਾਰਸੇ ਦੇ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 313 ਦੇ ਕਰੀਬ ਹੋ ਚੁੱਕੀ ਹੈ 130 ਲੋਕ ਹਸਪਤਾਲ ਦੇ ਵਿੱਚ ਨੇ ਜਦਕਿ ਹਾਰਸੇ ਤੋਂ 4 ਦਿਨ ਬਾਅਦ ਵੀ 206 ਲੋਕ ਲਾਪਤਾ ਨੇ ਵਾਇਨਾਰਦੇ ਵਿੱਚ ਲੈਂਡ ਸਲਾਈਡਿੰਗ ਨਾਲ ਹੋਈ ਬਰਬਾਦੀ ਦਰਮਿਆਨ ਸਾਊਥ ਫਿਲਮ ਇੰਡਸਟਰੀ ਮੱਦਦ ਵਾਸਤੇ ਅੱਗੇ ਆਈ ਹੈ ਕਈ ਸਾਊਥ ਸਟਾਰਜ਼ ਨੇ ਮੁੱਖ ਮੰਤਰੀ ਰਾਹਤ ਪੋਸ਼ ਦੇ ਵਿੱਚ ਲੱਖਾਂ ਰੁਪਏ ਦਾਣ ਕੀਤਾ ਐਕਟਰਸ ਜਯੋਤਕਾ ਕਾਰਤੀ ਤੇ ਸੂਰੀਆ ਨੇ 50 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਹੈ ਰਸ਼ਮਿਕਾ ਮੰਦਾਨਾ ਨੇ 10 ਲੱਖ ਰੁਪਏ ਦਿੱਤੇ ਤੇ ਮਲਿਆਲਮ ਐਕਟਰ ਫਹਾਦ ਫਾਜ਼ਲ ਨੇ ਪੀੜਤਾਂ ਵਾਸਤੇ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇੱਥੇ ਵੀ ਜਾਣਕਾਰੀ ਦੇਣੀ ਬਣਦੀ ਹੈ ਕਿ ਉਹਨਾਂ ਕਲਾਕਾਰਾਂ ਨੇ ਕਿਹਾ ਕਿ ਲੈਂਡ ਸਲਾਈਡਿੰਗ ਪੀੜਤਾਂ ਦੀ ਮਦਦ ਵਾਸਤੇ ਮੁੱਖ ਮੰਤਰੀ ਰਾਹਤ ਖੋਜ ਦੇ ਵਿੱਚ 25 ਲੱਖ ਰੁਪਏ ਦਾਣ ਕੀਤਾ ਇਸ ਮੁਸ਼ਕਲ ਸਮੇਂ ਦੇ ਵਿੱਚ ਅਸੀਂ ਇਸ ਕੁਦਰਤੀ ਆਫਤ ਨਾਲ ਜੋੜੇ ਲੋਕਾਂ ਦੇ ਨਾਲ ਹਾਂ ਫਹਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਹੋਰ ਬਹੁਤ ਸਾਰੇ ਫਿਲਮ ਪ੍ਰੋਡਿਊਸਰਾਂ ਨੇ ਕਿਸੇ ਨੇ 20 ਲੱਖ ਕਿਸੇ ਨੇ 10 ਲੱਖ ਕਿਸੇ ਨੇ 2 ਲੱਖ ਦੇਣ ਦਾ ਐਲਾਨ ਕੀਤਾ ਤੇ ਮਲਿਆਲਮ ਐਕਟਰ ਮਮੂਟੀ ਤੇ ਉਹਨਾਂ ਦੇ ਪੁੱਤਰ ਦੁਲਕਰ ਸਲਮਾਨ ਨੇ ਰਿਲੀਫ ਫੰਡ ਦੇ ਵਿੱਚ 35 ਲੱਖ ਰੁਪਏ ਦਾ ਦਾਨ ਕੀਤਾ ਮਮੂਟੀ ਨੇ ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਰਾਹਤ ਕੋਸ਼ ਵਿੱਚ ਛੋਟਾ ਜਿਹਾ ਹੱਥ ਉਹ ਦਿੱਤਾ ਮੀਡੀਆ ਰਿਪੋਰਟਾਂ ਮੁਤਾਬਕ ਹੋਰ ਵੀ ਬਹੁਤ ਸਾਰੇ ਸਾਊਥ ਕਲਾਕਾਰ ਇਸ ਵੇਲੇ ਪੀੜਤਾਂ ਦੀ ਮਦਦ ਦੇ ਵਾਸਤੇ ਅੱਗੇ ਆ ਰਹੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਹਾਂ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਬਹੁਤ ਸਾਰੇ ਚੰਗੇ ਲੋਕ ਵੀ ਆ ਬਹੁਤ ਸਾਰੇ ਸਮਰੱਥ ਲੋਕ ਆ ਜਿਹੜੇ ਕਿ ਖੁੱਲੇ ਦਿਲ ਵਾਲੇ ਆ ਖੁੱਲੇ ਜੇਰੇ ਵਾਲੇ ਵੀ ਆ ਇੰਉ ਤਾਂ ਹੋ ਸਕਦਾ ਵੀ ਭਾਈ ਸਾਡਾ ਗਵਾਂਢੀ ਆ ਜਿਹੜਾ ਉਹ ਅਰਬਪਤੀ ਹੋਵੇ ਕਰੋੜਪਤੀ ਹੋਵੇ ਪਰ ਅਸੀਂ ਉਹਦੇ ਕਰੋੜ ਨੂੰ ਕੀ ਚੱਟਣਾ ਜੇਕਰ ਕਿਸੇ ਲੋੜਵੰਦ ਦੀ ਉਹ ਲੱਖ ਰੁਪਏ ਦੀ 10000 ਰੁਪਏ ਦੀ 5000 ਰੁਪਏ ਦੀ ਮਦਦ ਨਹੀਂ ਕਰਦਾ ਲੋਕ ਪਰੇ ਤੋਂ ਪਰੇ ਪਿਆ ਖੁੱਲੇ ਦਿਲ ਵਾਲੇ ਵੀ ਤੇ ਕੰਜੂਸ ਵੀ ਸਿਰੇ ਤੋਂ ਸਰੇ ਆ ਕਈ ਲੋਕ ਐਸੇ ਜਿਹੜੇ ਕਹਿੰਦੇ ਵੀ ਭਾਈ ਅਸੀਂ 4 ਘਰ 2 ਘਰ 5 ਘਰ 10 ਕਿੱਲੇ 20 ਕਿੱਲੇ 50 ਕਿੱਲੇ ਜ਼ਮੀਨ ਲੈ ਲਈ ਪਰ ਜੇ ਕਿਸੇ ਦੀ ਮਦਦ ਕਰਨੀ ਪਵੇ ਕਹਿੰਦੇ ਨੇ ਤੰਗ ਬਹੁਤ ਆ ਸਮਾਜ ਦੇ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਆ ਪਰ ਇਹ ਖਬਰ ਇਸ ਕਰਕੇ ਸਾਂਝੀ ਕੀਤੀ ਆ ਕਿ ਪੰਜਾਬ ਦੇ ਲੋਕਾਂ ਉੱਤੇ ਜਦੋਂ ਭੀੜ ਪੈਂਦੀ ਆ ਤਾਂ ਪੰਜਾਬ ਦੇ ਕਲਾਕਾਰ ਭਾਵੇਂ ਫਿਲਮਾਂ ਲਏ ਤੇ ਭਾਵੇਂ ਗੁਆਏ ਆ ਤੇ ਭਾਵੇਂ ਉਹ ਹੈਗੇ ਜੀ ਪ੍ਰੋਡਿਊਸਰ ਤੇ ਭਾਵੇਂ ਕੰਪਨੀਆਂ ਦੇ ਮਾਲਕ ਹੋਰ ਆ ਉਹਨਾਂ ਦੇ ਵੱਲੋਂ ਵੀ ਹੱਥ ਖੋਲਣਾ ਚਾਹੀਦਾ ਉਹਨਾਂ ਦੇ ਵੱਲੋਂ ਵੀ ਦਾਨਵੱਤ ਤੋਂ ਵੱਧ ਕਰਨਾ ਚਾਹੀਦਾ ਕਿਉਂਕਿ ਦੇਖੋ ਜੇਕਰ ਇਹ ਲੋਕ ਸਧਾਰਨ ਲੋਕ ਤੁਹਾਡੀਆਂ ਫਿਲਮਾਂ ਨੂੰ ਤੁਹਾਡੇ ਗੀਤਾਂ ਨੂੰ ਪਿਆਰ ਨਹੀਂ ਕਰਨਗੇ ਤਾਂ ਤੁਸੀਂ ਵੀ ਕਾਮਯਾਬੀ ਦੀ ਸਿਖਰ ਦੇ ਉੱਤੇ ਨਹੀਂ ਪਹੁੰਚ ਸਕਦੇ ਸੋ ਜਦੋਂ ਇਹਨਾਂ ਨੂੰ ਲੋੜ ਪੈਂਦੀ ਹੈ ਤੁਸੀਂ ਵੀ ਨਾਲ ਖੜੋ ਮੈਂ ਅਕਸਰ ਇਹ ਸੋਚਦਾ ਹੁੰਨਾ ਕਦੇ ਚਿੱਟੀ ਮੱਖੀ ਦੇ ਕਰਕੇ ਨਰਮਾ ਮਰ ਗਿਆ ਕਦੇ ਸ਼ਿਮਲਾ ਮਿਰਚ ਦੀ ਫਸਲ ਵਿੱਚ ਮੋਣੀ ਪਈ ਖੇਤ ਦੇ ਕਦੇ ਕੋਈ ਹੋਰ ਫਸਲ ਬਰਬਾਦ ਹੋ ਗਈ ਕਦੇ ਕੋ ਕੁਦਰਤੀ ਆਫਤ ਦੇ ਕਰਕੇ ਕਿਸਾਨ ਡੁੱਬ ਗਿਆ ਮਜ਼ਦੂਰ ਡੁੱਬ ਗਿਆ ਤੇ ਜਦੋਂ ਇਹਨਾਂ ਕਿਸਾਨਾਂ ਦੇ ਕੋਲੇ ਖੁਸ਼ਹਾਲੀ ਹੁੰਦੀ ਆ ਤੇ ਤੁਹਾਡੇ 10-10 ਲੱਖ ਰੁਪਏ ਦੇ ਪ੍ਰੋਗਰਾਮ ਲਗਾਉਂਦੇ ਆ ਪਰ ਜਦੋਂ ਇਹ ਮਰਦੇ ਆ ਤੇ ਫਿਰ ਚਾਹੀਦਾ ਆ ਕਿ ਤੁਸੀਂ ਵੀ ਨਾਲ ਖੜੋ ਤੁਹਾਡਾ ਵੀ ਫਰਜ਼ ਬਣਦਾ ਸਾਡੀ ਕਲਾਕਾਰਾਂ ਨੂੰ ਸਾਰਿਆਂ ਨੂੰ ਮੈਂ ਗੱਲ ਨਹੀਂ ਕਰਨਾ ਕਈ ਦਾਨੀ ਵੀ ਹੋ ਸਕਦੇ ਆ ਪਰ ਜਿਹੜੇ ਵੀ ਭਾਵੇਂ ਕਾਰੋਬਾਰੀ ਆ ਭਾਵੇਂ ਵਪਾਰੀ ਆ ਭਾਵੇਂ ਕਿ ਪੱਤਰਕਾਰ ਹੋਵੇ ਜੇ ਉਹਦੇ ਕੋਲੇ ਚਾਰਜ ਛੜੜਾ ਉਹਦਾ ਵੀ ਫਰਜ਼ ਬਣਦਾ ਵੀ ਭਾਈ ਲੋੜਵੰਦ ਦੀ ਮਦਦ ਕੀਤੀ ਜਾਵੇ ਸੋ ਇਹ ਇੱਕ ਉਦਾਹਰਨ ਦੇ ਤੌਰ ਤੇ ਉੱਤੇ ਆ ਵੀ ਜੇਕਰ ਸਾਊਥ ਫਿਲਮ ਇੰਡਸਟਰੀ ਦੇ ਲੋਕ ਕੇਰਲ ਦੇ ਬਾਇਨਾਡ ਖੇਤਰ ਦੇ ਪੀੜਤਾਂ ਨੇ ਮਦਦ ਵਾਸਤੇ ਅੱਗੇ ਆ ਸਕਦੇ ਆ ਤੇ ਜਦੋਂ ਵੀ ਪੰਜਾਬ ਦੇ ਵਿੱਚ ਲੋੜ ਪੈਂਦੀ ਆ ਉਦੋਂ ਕਲਾਕਾਰਾਂ ਨੂੰ ਸਾਡਿਆਂ ਨੂੰ ਵੀ ਸਭ ਤੋਂ ਮੂਰੇ ਆਉਣਾ ਚਾਹੀਦਾ ਅਸੀਂ ਕੁਝ ਦਿਨ ਪਹਿਲਾਂ ਪ੍ਰਾਈਮੇਰੀ ਸ਼ੇਅਰ ਦੇ ਉੱਤੇ ਇਸੇ ਪ੍ਰੋਗਰਾਮ ਦੇ ਵਿੱਚ ਖਬਰ ਦੀ ਖਬਰ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਕਿ ਪੱਟੀ ਦੇ ਵਿੱਚ ਵਾਰਡ ਨੰਬਰ 6 ਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਬਦਮਾਸ਼ੀ ਕੀਤੀ ਗਈ ਹੈ ਬਦਮਾਸ਼ੀ ਵੀ ਕਹਿਰ ਨਹੀਂ ਕੀਤੀ ਗਈ ਉੱਥੇ ਇੱਕ ਮੁੰਡਾ ਮਾਰਤਾ ਉਹਦਾ ਭਰਾ ਤੇ ਪਿਓ ਦੋਵੇਂ ਜਾਣੇ ਜ਼ਖਮੀ ਕਰਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਚਾ ਦਰਜ ਕੀਤਾ ਲੱਖ ਸਵਾ ਲੱਖ ਰੁਪਏ ਦੇ ਲੈਣ ਦੇਣ ਦਾ ਮਾਮਲਾ ਸੀ ਤੇ ਸ਼ਾਇਦ ਨਿਹੰਗ ਸਿੰਘਾਂ ਨੇ ਪੈਸੇ ਲੈਣੇ ਸੀ ਜਾਂ ਕੋਈ ਵੀ ਬੱਚੇ ਦੀ ਗੱਲ ਸੀ ਕੋਈ ਝੂਲ ਮਾਰ ਦੀ ਗੱਲ ਹੋ ਸਕਦੀ ਹੈ ਪਰ ਉਸ ਤੋਂ ਬਾਅਦ ਉਸ ਪੀੜਤ ਪਰਿਵਾਰ ਦੇ ਘਰ ਦੇ ਵਿੱਚ ਨਿਹੰਗ ਸਿੰਘ ਬਾਣੇ ਦੇ ਵਿੱਚ ਕੁਝ ਲੋਕ ਗਏ ਤੇ ਗੁੰਡਾ ਕਰਦੀ ਕੀਤੀ ਬਦਮਾਸ਼ੀ ਕੀਤੀ ਰੱਜ ਕੇ ਮੁੰਡਾ ਮਾਰਤਾ ਮੁੰਡੇ ਦਾ ਕਤਲ ਕਰਤਾ ਤੇ ਉਸ ਤੋਂ ਬਾਅਦ ਉਹ ਭੱਜ ਗਏ ਪੁਲਿਸ ਦੇ ਵੱਲੋਂ ਹੁਣ ਦੋ ਨਿਹੰਗ ਸਿੰਘ ਗ੍ਰਿਫਤਾਰ ਕੀਤੇ ਗਏ ਆ ਬਾਕੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਭਾਲ ਜਾਰੀ ਹੈ ਹੁਣ ਇਸ ਮਾਮਲੇ ਦੇ ਉੱਤੇ ਜੱਥੇਬੰਦੀ ਕੋਈ ਕਹੇਗੀ ਕੁਝ ਕੇ ਨਹੀਂ ਇਹ ਮੁੰਡੇ ਕੀ ਕਹਿਣਗੇ ਦੇ ਹੰਗ ਸਿੰਘ ਕੀ ਕਹਿਣਗੇ ਇਹ ਤਾਂ ਵਕਤ ਦੱਸੂਗਾ ਪਰ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਅੱਜ ਵੀ ਬੇਨਤੀ ਕਰਦਾ ਵੀ ਆਮ ਤੌਰ ਦੇ ਉੱਤੇ ਜਦੋਂ ਇਸ ਤਰੀਕੇ ਦੇ ਨਾਲ ਦੇ ਹੰਗ ਸਿੰਘ ਦੇ ਵੱਲੋਂ ਕਿਸੇ ਨੂੰ ਮਾਰਨ ਦਿੱਤਾ ਜਾਵੇ ਨੇ ਹੰਗ ਸਿੰਘ ਬਾਣੇ ਦੇ ਵਿੱਚ ਤੇ ਕਈ ਲੋਕਾਂ ਦੇ ਨੇ ਵੀ ਸੋਦਾ ਲਾਤਾ ਹੁਣ ਇਹ ਦੱਸੋ ਵੀ ਹੁਣ ਜਦੋਂ ਘਰ ਦੇ ਵਿੱਚ ਵੜ ਕੇ ਮਾਰਿਆ ਬੰਦਾ ਤੇ ਇਹਨੂੰ ਸੋਦਾ ਲਾਉਣਾ ਕਹੋਗੇ ਜਾਂ ਗੁੰਡਾਗਰਦੀ ਕਹੋਗੇ ਇਸ ਵੇਲੇ ਨੇ ਹੰਗਸਿੰਘ ਜਥੇਬੰਦੀ ਦਾ ਫਰਜ਼ ਇਹ ਬਣਦਾ ਬਹੁਤ ਸਤਿਕਾਰ ਦੇ ਨਾਲ ਅਸੀਂ ਗੱਲ ਕਹਿੰਦੇ ਆ ਫਰਜ਼ ਇਹ ਬਣਦਾ ਜੀ ਕਿ ਉਹ ਸਾਹਮਣੇ ਆ ਕੇ ਇਹ ਗੱਲ ਕਹਿਣ ਕਿ ਬਦਮਾਸ਼ੀ ਕਰਨ ਵਾਲੇ ਗੁੰਡਾਗਰਦੀ ਕਰਨ ਵਾਲੇ ਅਸભ્યਕ ਗੱਲਾਂ ਕਰਨ ਵਾਲੇ دہشت ਪੈਦਾ ਕਰਨ ਵਾਲੇ ਸਾਡੇ ਨਾਲ ਕੋਈ ਰਾਬਤਾ ਨਹੀਂ ਰੱਖਦੇ ਅਸੀਂ ਇਹਨਾਂ ਨਾਲ ਕੋਈ ਰਾਬਤਾ ਨਹੀਂ ਰੱਖਦੇ ਜਿਹੜੇ ਗੁਰੂ ਦੇ ਸਿਧਾਂਤਾਂ ਮੁਤਾਬਕ ਚੱਲਦੇ ਆ ਜਿਹੜੇ ਆਪਣੇ ਫਰਜ਼ਾਂ ਦੇ ਉੱਤੇ ਪਹਿਰਾ ਦਿੰਦੇ ਆ ਜਿਨ੍ਹਾਂ ਨੂੰ ਪਤਾ ਵੀ ਗੁਰੂ ਦੀ ਲਾਡਲੀ ਫੌਜ ਦੀ ਇਮਾਨੀਤ ਕੀ ਹੁੰਦੀ ਆ ਅਸੀਂ ਸਿਰਫ ਉਹਨਾਂ ਦੇ ਨਾਲ ਆ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਪਰ ਦੁੱਖ ਦੀ ਗੱਲ ਇਹ ਆ ਵੀ ਕੋਈ ਵਿਰਲੀ ਟਾਮੀ ਜੱਥੇ ਬੰਦੀ ਹੋ ਸਕਦੀ ਹੈ ਬਹੁਤਿਆਂ ਨੇ ਕਦੇ ਇਹ ਗੱਲ ਕਹੀ ਨਹੀਂ ਵੀ ਜੇ ਕਿਸੇ ਦਾ ਗੁੱਟ ਵੜਤਾ ਤਾਂ ਅਸੀਂ ਨਾਲ ਨਹੀਂ ਹੈਗੇ ਜੇ ਕਿਸੇ ਦਾ ਸਿਰ ਪਾੜਤਾ ਅਸੀਂ ਨਾਲ ਨਹੀਂ ਹੈਗੇ ਜੇ ਕੋਈ ਨਸ਼ੇ ਦੇ ਵਿੱਚ ਡਿੱਗਿਆ ਪਿਆ ਬਾਣੇ ਦੇ ਵਿੱਚ ਅਸੀਂ ਨਾਲ ਨਹੀਂ ਹੈਗੇ ਇਹਨਾਂ ਗੱਲਾਂ ਦੇ ਉੱਤੇ ਕਲੀਅਰਿਫਿਕੇਸ਼ਨ ਦੇਣ ਦੀ ਲੋੜ ਆ ਗੱਲ ਸਪਸ਼ਟ ਕਰਨੀ ਲੋੜ ਆ ਸਾਫ਼ ਕਰਨੀ ਲੋੜ ਆ ਜੇਕਰ ਨਹੀਂ ਕੀਤੀ ਜਾਂਦੀ ਤਾਂ ਬਹੁਤ ਮਾੜੀ ਗੱਲ ਆ ਅਸੀਂ ਆਪਣੇ ਨਾਲੋਂ ਲੱਖ ਦਰਜੇ ਨਿਹੰਗ ਸਿੰਘਾਂ ਦੇ ਸਰੂਪ ਨੂੰ ਸਮਝਦੇ ਆਂ ਅਸੀਂ ਉਹਨਾਂ ਦੇ ਬਾਣੇ ਦੀ ਬਹੁਤ ਰਿਸਪੈਕਟ ਕਰਦੇ ਆਂ ਅਸੀਂ ਗੁਰੂ ਦੀ ਲਾਡਲੀ ਫੌਜ ਤੋਂ ਆਪਦੇ ਨਾਲੋਂ ਲੱਖ ਦਰਜੇ ਚੰਗੇ ਕੰਮ ਕਰਨ ਦੀ ਆਸ ਕਰਦੇ ਆਂ ਪਰ ਜਦੋਂ ਉਹਨਾਂ ਦੇ ਸਰੂਪ 'ਚ ਮੈਂ ਨਹੀਂ ਕਹਿੰਦਾ ਵੀ ਇਹ ਅਸਲੀ ਨਿਹੰਗਾ ਕਿਉਂਕਿ ਜਿਵੇਂ ਆਪਾਂ ਹਰ ਚੀਜ਼ ਦੇ ਵਿੱਚ ਇਹ ਅਸਲੀ ਹਨ ਇਹ ਨਕਲੀ ਹਨ ਹੁਣ ਤਾਂ ਬਾਣੇ ਦੇ ਵਿੱਚ ਵੀ ਇਹ ਗੱਲ ਚੱਲ ਪਈ ਆ ਵੀ ਇਹ ਨਕਲੀ ਨਿਹੰਗਾ ਹਨ ਇਹ ਅਸਲੀ ਨਿਹੰਗਾ ਹਨ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਜਿਹੜੇ ਅਸਲੀ ਨਿਹੰਗ ਸਿੰਘ ਆ ਉਹ ਇਦਾਂ ਨਹੀਂ ਹਰਕਤਾਂ ਨਹੀਂ ਕਰਦੇ ਇਦਾਂ ਨਹੀਂ ਕਰਤੂਤ ਕੋਈ ਕਰ ਨਹੀਂ ਸਕਦੇ ਪਰ ਜਿਹੜੀ ਜਾਲੀ ਆ ਉਹਨਾਂ ਨੂੰ ਜੇਕਰ ਅਸੀਂ ਇਹ ਗੱਲ ਨਹੀਂ ਕਹਿੰਦੇ ਕਲੀਅਰ ਨਹੀਂ ਕਰਦੇ ਵੀ ਭਾਈ ਇਹ ਜਾਲੀ ਹਨ ਤਾਂ ਫਿਰ ਉਹ ਸਾਰਿਆਂ ਨੂੰ ਖਰਾਬ ਕਰਦੇ ਸਾਰਿਆਂ ਦੀ ਇਮੇਜ ਨੂੰ ਖਰਾਬ ਕਰਦੇ ਅਖਸਰ ਨੂੰ ਖਰਾਬ ਕਰ ਰਹੇ ਆ ਸੋ ਪਿਛਲੇ ਜਿਹੜੀ ਅਸੀਂ ਖਬਰ ਸਾਂਝੀ ਕੀਤੀ ਸੀ ਵੀ ਲੁਧਿਆਣਾ ਦੇ ਵਿੱਚ ਤੇ ਉੱਥੇ ਵੀ 5 ਕੁ ਰੁਪਏ ਦੇ ਲੈਣ ਦੇਣ ਦੀ ਗੱਲ ਸੀ ਇੱਕ ਬੰਦੇ ਦਾ ਸਿਰ ਪਾੜਤਾ ਨੇ ਹਿੰਗ ਸਿੰਘ ਦੇ ਬਾਣੀ ਵਾਲੇ ਬੰਦੇ ਨੇ ਤੇ ਉਹਦੇ ਸਿਰ 'ਤੇ ਤਲਵਾਰ ਮਾਰੀ ਸੀ 12-13 ਟੰਕੇ ਉਹਦੇ ਸਿਰ ਦੇ ਵਿੱਚ ਲੱਗੇ ਸੀ ਇਸ ਤੋਂ ਪਹਿਲਾਂ ਵੀ ਬੜੀਆਂ ਖਬਰਾਂ ਆਈਆਂ ਇਹਨਾਂ ਗੱਲਾਂ ਦੇ ਵੱਲ ਗੌਰ ਕਰਨ ਦੀ ਲੋੜ ਹੈ ਬਿਨ ਹਿੰਗ ਸਿੰਘ ਦੇ ਬਾਣੀ ਦੇ ਵਿੱਚ ਇਹ ਲੋਕ ਕੌਣ ਨੇ ਤੇ ਜੇਕਰ ਇਹਨਾਂ ਹਿੰਗ ਸਿੰਘ ਹੀ ਨੇ ਤੇ ਫਿਰ ਭਾਈ ਸਕਰੀਨਿੰਗ ਕਰਨੀ ਚਾਹੀਦੀ ਹੈ ਵੀ ਇਹ ਲੀਹੋ ਲੱਥੇ ਲੋਕ ਨੇ ਹਿੰਗ ਸਿੰਘ ਬਾਣੀ ਦੇ ਲਾਇਕ ਹਨ ਜਾਂ ਫਿਰ ਨਹੀਂ ਤੇ ਇੱਕ ਜਾਣਕਾਰੀ ਥੋੜੀ ਜਿਹੀ ਪੰਜਾਬ ਦੇ ਝਟਕੇ ਵਾਲੀ ਵੀ ਆ ਨਿਤਨ ਗੜਕਰੀ ਜਿਹੜੇ ਕਿ ਭਾਰਤ ਦੇ ਸੜਕੀ ਆਵਾਜਾਈ ਮਹਿਕਮੇ ਦੇ ਮੰਤਰੀ ਆ ਉਹਨਾਂ ਨੇ ਲੋਕ ਸਭਾ ਦੇ ਵਿੱਚ ਇਹ ਗੱਲ ਕਹੀ ਆ ਕਿ ਪੰਜਾਬ ਦੇ ਤਿੰਨ ਜਿਹੜੇ ਸੜਕੀ ਪ੍ਰੋਜੈਕਟ ਆ ਇਹਨਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ 3300 ਤੇ 3 ਕਰੋੜ ਰੁਪਏ ਦੀ ਲਾਗਤ ਵਾਲੇ ਉਹਨਾਂ ਨੂੰ ਸਵਾਲ ਕੀਤਾ ਸੀਗਾ ਬਿਕਰਮਜੀਤ ਸਿੰਘ ਸਾਨੀ ਹੋਰਾਂ ਨੇ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੇ ਪੁੱਛਿਆ ਸੀ ਵੀ ਭਾਈ ਸੜਕੀ ਪ੍ਰੋਜੈਕਟਾਂ ਦੇ ਬਾਰੇ ਕੀ ਹਾਲਚਾਲ ਆ ਤੇ ਗੜਕਰੀ ਸਾਹਿਬ ਨੇ ਅਗੋ ਉੱਤਰ ਦਿੱਤਾ ਕਿ ਲੇਟ ਲਤੀਫੀ ਦੇ ਕਰਕੇ ਠੇਕੇਦਾਰਾਂ ਨੂੰ ਮੈਨੇਜ ਨਾ ਕਰਨ ਦੇ ਕਰਕੇ ਤੇ ਜ਼ਮੀਨਾਂ ਵੇਲੇ ਸਰ ਅਕਵਾਇਰ ਨਾ ਕਰਨ ਦੇ ਕਰਕੇ ਤੇ ਵੇਲੇ ਸਰ ਸਾਰਾ ਕੰਮ ਕਮਲ ਨਾ ਕਰਨ ਦੇ ਕਰਕੇ ਤੇ ਅਸੀਂ ਭਾਈ ਇਹ ਪ੍ਰੋਜੈਕਟ ਬੰਦ ਕਰਨ ਦਾ ਐਲਾਨ ਕਰਤਾ ਹੁਣ ਇਸ ਮਾਮਲੇ ਤੇ ਰਾਜਨੀਤੀ ਚੱਲੀ ਜਾਣੀ ਆ ਕਿਸੇ ਨੇ ਕਹਿਣਾ ਕੇਂਦਰ ਨੇ ਧੱਕਾ ਕੀਤਾ ਕੇਂਦਰ ਵਾਲਿਆਂ ਨੇ ਕਹਿਣਾ ਬੀਜੇਪੀ ਵਾਲਿਆਂ ਨੇ ਕਹਿਣਾ ਪੰਜਾਬ ਦੀ ਸਰਕਾਰ ਨੇ ਵੇਲੇ ਸਰਜ਼ਮੀਨਾਂ ਨਹੀਂ ਐਕਵਾਇਰ ਹੋਣ ਦਿੱਤੀਆਂ ਤੇ ਨੁਕਸਾਨ ਕੀਦਾ ਪੰਜਾਬ ਦਾ ਨੁਕਸਾਨ ਕੀਦਾ ਪੰਜਾਬੀਆਂ ਦਾ ਵੇਨੇ ਆਉਂਦੇ ਸਮੇਂ ਦੇ ਵਿੱਚ ਰਾਜਨੀਤੀ ਕੌਣ ਕੌਣ ਕਿਵੇਂ ਕਿਵੇਂ ਤੇ ਕਦੋਂ ਕਦੋਂ ਕਰਦਾ ਪਰ ਖਬਰਾਂ ਕੁਝ ਹੋਰ ਵੀ ਸੰਪਰਜੋ ਵਕਤ ਨਹੀਂ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਔਰੋ ਤਕਲੀ ਆਗੇ ਦਿਓ ਧੰਨਵਾਦ